ਕੋਈ ਪੰਜਾਬੀ ਹੋਵੇਗਾ ਜਿਸਨੇ ਹਰਜੀਤ ਬਰਾੜ ਦੀ ਖੇਡ ਨੂੰ ਪਿਆਰ ਨਾ ਕੀਤਾ ਹੋਵੇ। ਜਿਸ ਨੇ ਕਬੱਡੀ ਵੇਖੀ ਉਹ ਹਰਜੀਤ ਦੀ ਕਬੱਡੀ ਦੀ ਖੇਡ ਵੇਖ ਕੇ ਹਰਜੀਤ ਤਾਂ ਮਰੀਦ ਹੋ ਕੇ ਰਹਿ ਗਿਆ। ਬੇਸ਼ੱਕ ਹਰਜੀਤ ਬਰਾੜ ਇਸ ਦੁਨੀਆ ਤੋਂ ਸਦਾ ਲਈ ਅਲਵਿਦਾ ਕਹਿ ਗਿਆ, ਪਰ ਉਸਦੀ ਖੇਡ ਅਤੇ ਉਸਦਾ ਸੁਭਾਅ ਹਮੇਸ਼ਾ ਪੰਜਾਬੀਆਂ ਦੇ ਦਿਲਾਂ 'ਤੇ ਰਾਜ ਕਰਦਾ ਰਹੂਗਾ। ਹਰਜੀਤ ਦੀ ਖੇਡ ਦੇ ਸਦਕੇ ਪੰਜਾਬੀ ਉਸਨੂੰ ਪਿਆਰ ਕਰਦੇ ਆਏ ਨੇ। newsnumber.com ਦੀ ਟੀਮ ਨੇ ਇੱਕ ਨਿਮਾਣੀ ਜਿਹੀ ਕੋਸ਼ਿਸ਼ ਕੀਤੀ, ਹਰਜੀਤ ਬਰਾੜ ਦੇ ਨਗਰ ਬਾਜਾਖਾਨਾ ਦੇ ਵਿੱਚ ਪਹੁੰਚ ਕੇ ਉਸਦੀ ਜ਼ਿੰਦਗੀ ਅਤੇ ਉਸਦੇ ਨਗਰ ਅਤੇ ਉਸਦੇ ਪਰਿਵਾਰ ਨੂੰ ਵਿਖਾ ਕੇ ਤੁਹਾਡੇ ਸਨਮੁੱਖ ਪੇਸ਼ ਕਰਨ ਦੀ। ਕਬੱਡੀ ਗਗਨ ਦਾ ਧਰੂ ਤਾਰਾ ਹਰਜੀਤ ਬਾਜਾਖਾਨਾ। ਹਰਜੀਤ ਬਰਾੜ ਬਾਜਾਖਾਨਾ ਕਬੱਡੀ ਖੇਡ ਗਗਨ ਦਾ ਉਹ ਸੂਰਜ ਸੀ ਜਿਸ ਨੇ ਦੁਨੀਆ ਭਰ ਵਿੱਚ ਬੈਠੇ ਪੰਜਾਬੀਆਂ ਨੂੰ ਆਪਣੀ ਖੇਡ ਦੇ ਸਿਰ ਉੱਤੇ ਮੰਤਰ ਮੁਗਧ ਕਰ ਦਿੱਤਾ ਸੀ। ਜਿੱਥੇ ਕਿਤੇ ਵੀ ਕਬੱਡੀ ਦਾ ਕੋਈ ਟੂਰਨਾਮੈਂਟ ਹੁੰਦਾ, ਬੱਚੇ ਬੁੱਢੇ ਜਵਾਨ ਉਸਦੇ ਸ਼ਕਤੀਸ਼ਾਲੀ ਜਿਸਮ ਦੇ ਕ੍ਰਿਸ਼ਮੇ ਵੇਖਣ ਲਈ ਜਾ ਪਹੁੰਚਦੇ। ਦੁਨੀਆ ਭਰ ਵਿੱਚ ਇੱਕ ਵੀ ਕਬੱਡੀ ਪ੍ਰੇਮੀ ਅਜਿਹਾ ਨਹੀਂ ਹੋਵੇਗਾ ਜਿਸ ਨੇ ਹਰਜੀਤ ਦੀ ਕਬੱਡੀ ਵੇਖਣ ਦੀ ਲਾਲਸਾ ਤੋਂ ਆਪਣੇ ਆਪ ਨੂੰ ਮੁਕਤ ਰੱਖਿਆ ਹੋਵੇ। ਹਰਜੀਤ 6 ਫੁੱਟ ਤੋਂ ਉੱਪਰ ਕੱਦ, ਭਾਰ 110 ਤੋਂ 120 ਕਿਲੋ ਦੇ ਵਿਚਕਾਰ ਰੱਖਣ ਵਾਲਾ ਉਹ ਦਰਸ਼ਨੀ ਮਲਵਈ ਗੱਭਰੂ ਸੀ। ਹਰਜੀਤ ਮੇਰਾ ਬਚਪਨ ਦਾ ਦੋਸਤ ਸੀ। ਉਸ ਬੰਦੇ ਨੂੰ ਆਪਦੇ ਦੁਸ਼ਮਣਾਂ ਦੀ ਪਛਾਣ ਨਹੀਂ ਸੀ, ਯਾਰਾਂ ਦਾ ਯਾਰ ਸੀ, ਉਹ ਦੋਸਤਾਂ ਦਾ ਦੋਸਤ ਸੀ। ਬੜੇ ਮਿੱਠੇ ਨਿੱਘੇ ਸੁਭਾਅ ਵਾਲਾ ਹਰਜੀਤ ਨਾ ਸਿਰਫ ਆਪਣੇ ਮਿੱਤਰਾਂ ਦੋਸਤਾਂ ਦੀ ਟੋਲੀ ਵਿੱਚ ਹੀ ਹਰਮਨ ਪਿਆਰਾ ਸੀ, ਸਗੋਂ ਉਹ ਜਿਸ ਨੂੰ ਵੀ ਮਿਲਿਆ ਉਸੇ ਨੂੰ ਹੀ ਆਪਣਾ ਬਣਾ ਲਿਆ ਕਰਦਾ ਸੀ। ਹਰਜੀਤ ਦਾ ਜਨਮ ਜ਼ਿਲ੍ਹਾ ਫਰੀਦਕੋਟ ਦੇ ਇੱਕ ਕਸਬੇ ਬਾਜਾਖਾਨਾ ਵਿੱਚ ਸਰਦਾਰ ਬਖਸ਼ੀਸ਼ ਸਿੰਘ ਬਰਾੜ ਦੇ ਘਰ ਮਾਤਾ ਸੁਰਜੀਤ ਕੌਰ ਦੀ ਕੁੱਖੋਂ 1971 ਨੂੰ ਹੋਇਆ। ਹਰਜੀਤ ਦਾ ਜਨਮ ਵੇਲੇ ਭਾਰ ਲਗਭਗ 5 ਕਿਲੋ ਸੀ ਅਤੇ ਇਸ ਗੋਲ ਮਟੋਲ ਦੇ ਸੋਹਣ ਸੁਨੱਖੇ ਵਾਲ ਨੂੰ ਜੋ ਵੀ ਇੱਕ ਨਜ਼ਰ ਤੱਕ ਲੈਂਦਾ ਬਸ ਮੰਤਰਮੁਗਧ ਹੋ ਜਾਂਦਾ। ਮਾਂ ਉਸਨੂੰ ਭੈੜੀਆਂ ਨਜ਼ਰਾਂ ਤੋਂ ਬਚਾਉਣ ਲਈ ਕਾਲੇ ਟਿੱਕੇ ਲਾਲਾ ਰੱਖਦੀ। ਬਚਪਨ ਦੇ ਮੈਂ ਅਤੇ ਹਰਜੀਤ ਇਕੱਠੇ ਖੇਡਦੇ ਸੀ, ਅਸੀਂ ਤਾਸ਼ ਖੇਡਣੀ, ਸੂਏ 'ਚ ਨਹਾਉਣ ਜਾਣਾ। ਪਿੰਡ ਬਾਜਾਖਾਨਾ ਦੇ ਸਕੂਲ ਵਿੱਚ ਪੜ੍ਹਦਿਆਂ ਹੀ ਉਸਨੇ ਪੰਜਾਬ ਸਟਾਈਲ ਕਬੱਡੀ ਦੇ ਨਾਲ ਨਾਲ ਨੈਸ਼ਨਲ ਸਟਾਈਲ ਕਬੱਡੀ ਖੇਡਣੀ ਸ਼ੁਰੂ ਕੀਤੀ। ਆਪਣੇ ਸਕੂਲ ਦੀ ਟੀਮ ਨੂੰ ਜ਼ਿਲ੍ਹੇ ਤੱਕ ਜਿਤਾਉਣ ਲੈ ਗਿਆ। ਪਹਿਲੇ ਸਾਲ ਹੀ ਉਹ ਤਲਵਾੜੇ ਵਿਖੇ ਪੰਜਾਬ ਸਕੂਲ ਮਿੰਨੀ ਖੇਡਾਂ ਵਿੱਚ ਭਾਗ ਲੈਣ ਲਈ ਪੁੱਜਿਆ ਅਤੇ ਫਿਰ ਇੱਥੋਂ ਪੰਜਾਬ ਦੀ ਟੀਮ ਵਿੱਚ ਚੁਣਿਆ ਗਿਆ। ਗੁਹਾਟੀ ਅਸਾਮ ਵਿਖੇ ਕੌਮੀ ਸਕੂਲ ਸਬ ਜੂਨੀਅਰ ਕਬੱਡੀ ਪ੍ਰਤੀਯੋਗਤਾ ਵਿੱਚ ਧੁੰਮਾ ਪਾਉਂਦਾ ਪੰਜਾਬ ਦੀ ਝੋਲੀ ਵਿੱਚ ਮੈਡਲ ਪਵਾ ਕੇ ਹੀ ਮੁੜਿਆ। ਛੋਟੀ ਉਮਰੇ ਇਸ ਵੱਡੀ ਪ੍ਰਾਪਤੀ ਕਰਨ ਵਾਲੇ ਸਿਤਾਰੇ ਦਾ ਪਾਰਖੂਆਂ ਦੀ ਨਜ਼ਰ ਵਿੱਚ ਆਉਣਾ ਕੁਦਰਤੀ ਹੀ ਸੀ। ਹਰਜੀਤ ਜਦੋਂ 5ਵੀਂ ਕਲਾਸ ਦੇ ਵਿੱਚ ਪੜ੍ਹਦਾ ਸੀ, ਜਿਹੜੇ ਆਪਾਂ ਪ੍ਰਾਇਮਰੀ ਸਕੂਲ ਦੇ ਵਿੱਚ ਹੋ ਕੇ ਆਏ ਹਾਂ ਗਰਾਊਂਡਾਂ ਦੇ ਵਿੱਚ, ਇਹਨਾਂ ਦੇ ਵਿੱਚ ਇੱਥੋਂ 5ਵੀਂ ਕਲਾਸ ਦੇ ਵਿੱਚੋਂ ਖੇਡਦਾ ਪੰਜਾਬ ਦੇ ਆਪਣਾ ਗਿਆ ਬਲਾਕ ਲੈਵਲ 'ਤੇ ਜੈਤੋ ਮੰਡੀ। ਜੈਤੋ ਤੋਂ ਇਹ ਸਿਲੈਕਟ ਹੋਇਆ, ਫਿਰ ਇਹ ਗਿਆ ਡਿਸਟ੍ਰਿਕਟ ਫਰੀਦਕੋਟ ਦੇ ਵਿੱਚ। ਫਰੀਦਕੋਟ ਤੋਂ ਫਿਰ ਖੇਡਣ ਗਿਆ ਪੰਜਾਬ। ਪੰਜਾਬ ਤੋਂ ਬਾਅਦ ਖੇਡਦਾ ਖੇਡਦਾ ਇਹਨੂੰ ਗੁਹਾਟੀ ਵਾਸਤੇ ਸਿਲੈਕਟ ਹੋਇਆ। ਜਦੋਂ ਗੁਹਾਟੀ ਖੇਡ ਕੇ ਆਇਆ, ਉੱਥੇ ਇਹ ਸਾਰੀਆਂ ਟੀਮਾਂ ਦੇ ਵਿੱਚੋਂ ਫਸਟ 1 ਨੰਬਰ 'ਤੇ ਚੁਣਿਆ ਗਿਆ। 18 ਕੁ ਸਾਲ ਤੱਕ ਪਹੁੰਚਦਿਆਂ ਕਹਿੰਦੇ ਨੇ ਹਰਜੀਤ ਦੀ ਖੁਰਾਕ 3-4 ਤਕੜੇ ਬੰਦਿਆਂ ਬਰਾਬਰ ਸੀ। 6-7 ਕਿਲੋ ਦੁੱਧ ਰੋਜ਼ਾਨਾ ਪੀਤੇ ਬਿਨਾਂ ਉਸਨੂੰ ਖੋਜ ਹੀ ਪੈਂਦੀ ਰਹਿੰਦੀ ਸੀ। ਫਲ ਫਰੂਟ, ਦਹੀਂ, ਸਬਜ਼ੀ, ਗੱਲ ਕੀ ਸਾਰਾ ਦਿਨ ਉਸਦੇ ਹੱਥ ਅਤੇ ਮੂੰਹ ਚੱਲਦੇ ਰਹਿੰਦੇ ਸਨ। ਜੋ ਇਹਨਾਂ ਦੀ ਮਾਤਾ ਸੀਗੀ, ਉਹ ਸਪੈਸ਼ਲ ਇਹਦੇ ਵਾਸਤੇ 2 ਮੱਝਾਂ ਰੱਖਦੀ ਸੀ, ਵੀ ਇਹ 2 ਮੱਝਾਂ ਦਾ ਜਿਹੜਾ ਦੁੱਧ ਪਾਣੀ ਹੈ, ਮੱਖਣੀ ਹੈ, ਉਹ ਹਰਜੀਤ ਸਿੰਘ ਬਰਾੜ ਦੀ ਹੁੰਦੀ। ਜਦੋਂ ਅਸੀਂ ਕਿਤੇ ਮੈਚ ਲਾ ਕੇ ਆਉਣਾ ਅਤੇ ਉਹਦੇ ਮਾਤਾ ਜੀ ਨੇ ਸਾਡੇ ਕੋਲ ਮੂਹਰੇ ਘੱਟ ਤੋਂ ਘੱਟ 6-7 ਕਿਲੋ ਮੱਖਣੀ ਰੱਖ ਦੇਣੀ, ਲੈ ਇਹਨੂੰ ਖਾਲੀ ਕਰਕੇ ਛੱਡਣਾ। ਇਸ ਕਰਕੇ ਵੀ ਉਹਦੀ ਮਾਂ ਦਾ ਬਹੁਤ ਜ਼ਿਆਦਾ ਸੰਯੋਗ ਸੀਗਾ ਜਿਹੜਾ ਕਿ ਇਹਨੂੰ ਗੇਮਾਂ ਦੇ ਵਿੱਚ ਪਾਇਆ ਹਰਜੀਤ ਸਿੰਘ ਬਰਾੜ ਨੂੰ। ਇਸ ਉਮਰ ਵਿੱਚ ਹੀ ਉਸਦਾ ਵਜ਼ਨ 1 ਕੁਇੰਟਲ ਦੇ ਲਗਭਗ ਹੋ ਗਿਆ ਸੀ। ਪੰਜਾਬ ਸਟਾਈਲ ਕਬੱਡੀ ਵਿੱਚ ਹੁਣ ਉਸਦਾ ਕਾਫ਼ੀ ਚਰਚਾ ਹੋਣ ਲੱਗ ਪਿਆ ਸੀ। ਮੰਡੀਕਰਨ ਬੋਰਡ ਵਾਲੇ ਕਹਿੰਦੇ ਵੀ ਅਸੀਂ ਇਹਨੂੰ ਭਰਤੀ ਕਰਨਾ ਹੈ, ਬਿਜਲੀ ਬੋਰਡ ਵਾਲੇ ਕਹਿੰਦੇ ਅਸੀਂ ਭਰਤੀ ਕਰਨਾ ਹੈ। ਸਾਰੀਆਂ ਜਿਹੜੀਆਂ ਟੀਮਾਂ ਆਈਆਂ ਸੀ ਉਹ ਸਾਰੇ ਫਿਰ ਇਹਦਾ ਨਾਮ ਅਤੇ ਐਡਰੈਸ ਪੁੱਛਣ ਲੱਗ ਗਏ ਆ। ਹਾਂ, ਜਦੋਂ ਸਟਾਰਟਿੰਗ 'ਚ ਖੇਡਦਾ ਹੁੰਦਾ ਸੀ ਪਿੰਡਾਂ ਦੇ ਮੈਚ ਜਾਂ ਕਲੱਬਾਂ ਦੇ ਮੈਚ, ਉਦੋਂ ਕਿਤੇ ਪਤਾ ਲੱਗਿਆ, ਸਰਦਾਰ ਮਹਿਲ ਸਿੰਘ ਭੁੱਲਰ ਉਦੋਂ DGP ਸੀ, ਉਹਨਾਂ ਨੂੰ ਪਤਾ ਲੱਗਿਆ ਵੀ ਇਹ ਮੁੰਡਾ ਬਹੁਤ ਤਕੜਾ ਹੈ। ਉਦੋਂ ਇਹਨੂੰ ਸਿੱਧਾ ਡਾਇਰੈਕਟਰ ਜਲੰਧਰ ਜਾ ਕੇ ASI ਦੀ ਪੋਸਟ 'ਤੇ ਰੱਖਿਆ। ਉਦੋਂ ਬਾਅਦ ਫਿਰ ਸਬ ਇੰਸਪੈਕਟਰ ਬਣ ਗਿਆ, ਯਾਨੀ ਉੱਥੇ ਨੇ ਪੰਜਾਬ ਪੁਲਿਸ ਲਈ ਵੀ ਕਾਫੀ ਮੈਡਲ ਜਿੱਤ ਕੇ ਦਿੱਤੇ ਨੇ ਉੱਥੇ। ਅਤੇ ਨਾਲ ਮੈਂ ਇਹਨੂੰ ਦੇਖਿਆ, ਨਾਲ ਇਹਦੇ ਗ੍ਰੇਟ ਖਲੀ ਹੈ ਜਿਹੜਾ ਦਲੀਪ ਸਿੰਘ, ਉਹ ਵੀ ਇਕੱਠੇ ਪ੍ਰੈਕਟਿਸ ਕਰਦੇ, ਮੈਂ ਉੱਥੇ ਇਹਨਾਂ ਨੂੰ ਮਿਲਦਾ ਰਿਹਾ ਕਾਫੀ ਵਾਰੀ। ਚੰਗੇ ਕਬੱਡੀ ਟੂਰਨਾਮੈਂਟਾਂ ਵਿੱਚ ਉਹ ਆਪਣੇ ਸਾਥੀਆਂ ਸਮੇਤ ਜਾ ਪੁੱਜਦਾ।
ਉਸ ਨੇ ਮਾਲਵੇ ਦੇ ਪ੍ਰਸਿੱਧ ਖੇਡ ਮੇਲਿਆਂ ਕੋਠਾ ਗੁਰੂ, ਢੀਮਾਂ ਵਾਲੀ, ਝੋਲੜਾਂ, ਕਮਾਲੂ ਆਦਿ ਵਿੱਚ ਧੁੰਮਾਂ ਪਾਉਣ ਉਪਰੰਤ ਵੱਡੇ ਟੂਰਨਾਮੈਂਟਾਂ ਵਿੱਚ ਜਾਣ ਲਈ ਮੋਗੇ ਜਾ ਡੇਰਾ ਲਾਇਆ। ਇੱਥੇ ਉਸ ਨੇ ਕਾਲਾ ਗਾਜੀਆਣਾ, ਰਾਜਾ, ਮੱਖਣ ਡੀ ਪੀ ਚੜਿੱਕ, ਮੇਜਰ ਚੜਿੱਕ, ਸਵਰਨੇ ਬੈਲੀ, ਕੇਬਲ ਸੇਖੇ, ਬਾਜ ਅਤੇ ਤਲਵਾਰ ਕੌਂਕੇ ਤੋਂ ਇਲਾਵਾ ਅਨੇਕਾਂ ਹੋਰ ਨਵੇਂ ਉੱਭਰਦੇ ਕਬੱਡੀ ਖਿਡਾਰੀਆਂ ਨੂੰ ਆਪਣੇ ਨਾਲ ਲਾ ਕੇ ਇੱਕ ਤਕੜੀ ਟੀਮ ਤਿਆਰ ਕਰ ਲਈ ਸੀ। ਉਹਦਾ ਕੈਨੇਡਾ ਦਾ 3 ਸਾਲਾਂ ਦਾ ਰਿਕਾਰਡ ਹੈ ਜੋ ਕਿ ਅੱਜ ਤੱਕ ਕਿਸੇ ਵੀ ਪਲੇਅਰ ਨਹੀਂ ਤੋੜ ਸਕਿਆ। ਅਤੇ ਉੱਥੇ ਕੈਨੇਡਾ ਕੱਪ ਵਿੱਚ ਉਹਨਾਂ ਦੇ 1 ਲੱਖ ਰੁਪਈਆ ਲਾਇਆ, ਉਹ ਕਿਸੇ ਤੋਂ ਫੜਿਆ ਨਹੀਂ ਗਿਆ ਪਾਕਿਸਤਾਨੀ ਪਲੇਅਰ ਤੋਂ। ਉਸ ਦੀ ਚਰਚਾ ਪੰਜਾਬ ਦੇ ਸੁਪ੍ਰਸਿੱਧ ਕਬੱਡੀ ਖਿਡਾਰੀਆਂ ਬਲਵਿੰਦਰ ਫਿੱਡੂ, ਸਰਵਜੀਤ ਸੱਭਾ, ਮੁਖਤਾਰ ਪੱਪੂ, ਬਲਵਿੰਦਰ ਭੀਮਾ, ਹਰਪ੍ਰੀਤ ਬਾਬਾ, ਜਸਵੀਰ ਮੰਗੀ, ਸੁਖਵਿੰਦਰ ਨੇਕੀ, ਜਗਤਾਰ ਧਨੌਲੇ, ਭਿੰਦਰ ਅੰਗਰੇਜ਼ ਵਰਗੇ ਖਿਡਾਰੀਆਂ ਦੇ ਬਰਾਬਰ ਹੋਣ ਲੱਗੀ। ਕਬੱਡੀ ਪਾਰਖੂਆਂ ਅਤੇ ਖੇਡ ਲੇਖਕਾਂ ਦੀਆਂ ਨਜ਼ਰਾਂ ਵਿੱਚ ਹਰਜੀਤ ਕਬੱਡੀ ਦਾ ਬੇਜੋੜ ਧਾਵੀ ਬਣਦਾ ਜਾ ਰਿਹਾ ਸੀ। ਬਾਹਰਲੇ ਦੇਸ਼ਾਂ ਵਿੱਚ ਬੈਠੇ ਪੰਜਾਬੀ ਉਸ ਦੀ ਸ਼ਕਤੀਸ਼ਾਲੀ ਖੇਡ ਵੇਖਣ ਲਈ ਉਤਾਵਲੇ ਹੋ ਰਹੇ ਸਨ। ਜਾਣੀ ਦੇ ਪਹਿਲੇ ਸਾਲ ਵੀਜ਼ਾ ਲੱਗਿਆ, ਇਹ ਜਹਾਜ਼ ਚੜ੍ਹਿਆ, ਇੰਨੀ ਖੁਸ਼ੀ ਹੋਈ ਇਹਨੂੰ ਵੀ ਜਾਣੀ ਕਿ ਜਹਾਜ਼ ਦੇ ਵਿੱਚ ਵੀ ਇਹ ਲੰਡਨ 'ਤੇ ਤਕਰੀਬਨ 2-3 ਵਾਰੀ ਪ੍ਰੈਕਟਿਸ ਕਰ ਗਿਆ, ਉਹ ਡੰਡ ਮਾਰ ਕੇ ਪਿੱਛੇ ਜਹਾਜ਼ ਖਾਲੀ ਸੀ ਕਿਤੇ ਡੰਡ ਮਾਰਦੇ ਗਿਆ, ਉੱਥੇ ਤਾਂ ਇੰਨੀ ਖੁਸ਼ੀ ਸੀ। ਟੋਰਾਂਟੋ ਜਿਹੜਾ ਕਈ ਸਾਲ ਖੇਡਿਆ ਉੱਥੇ, ਜਿਹੜਾ ਸਭ ਤੋਂ ਵਧੀਆ ਦੇ ਮੈਚ ਲੱਗਿਆ ਉੱਥੇ, ਵਰਲਡ ਕੱਪ ਕਰਾਉਂਦੇ ਹੁੰਦੇ ਸਾਡੇ ਭਰਾ ਉੱਥੋਂ ਟੋਰਾਂਟੋ ਦੇ, ਇੰਨੇ ਭਰਾ ਜਿਹੜਾ ਬਹੁਤ ਵਧੀਆ ਟੋਰਾਂਟੋ ਹੁੰਦਾ, ਉੱਥੇ ਮੈਂ ਇਹਦਾ ਮੈਚ ਅੱਖੀ ਵੇਖਿਆ। ਮੈਂ ਤਾਂ ਖੈਰ ਨਹੀਂ ਖੇਡਿਆ ਉੱਥੇ, ਖੇਡੇ ਸੀ ਰੇਡਰ ਸੀ ਫਿੱਡੂ, ਇਹ ਮੰਗੀ, ਹਰਜੀਤ, ਭੀਮਾ। ਪਰ ਉੱਧਰ ਕੁਦਰਤ ਨੂੰ ਕੁਝ ਹੋਰ ਮਨਜ਼ੂਰ ਸੀ। 16 ਅਪ੍ਰੈਲ 1998 ਹੱਸਦਾ ਖੇਡਦਾ, ਨੱਚਦਾ ਟੱਪਦਾ ਹਰਜੀਤ ਬਾਜਾਖਾਨਾ ਆਪਣੇ ਸਾਥੀਆਂ ਤਲਵਾਰ ਕੌਂਕੇ, ਕੇਵਲ ਸੇਖਾ ਅਤੇ ਕੇਵਲ ਲੋਪੋ ਨਾਲ ਖਰੜ ਨੇੜੇ ਘੜੂਆਂ ਪਿੰਡ ਕੋਲ ਲੁਧਿਆਣਾ ਚੰਡੀਗੜ੍ਹ ਸੜਕ ਉੱਤੇ ਜਿਪਸੀ ਵਿੱਚ ਆਪਣੇ ਸਾਥੀਆਂ ਨਾਲ ਅਠਖੇਲੀਆਂ ਕਰਦਾ ਇੱਕ ਪ੍ਰੇਤ ਰੂਪੀ ਟਰੱਕ ਨੇ ਆ ਕੁਚਲ ਸੁੱਟਿਆ ਸੀ। ਜਿਸ ਦਿਨ ਹਰਜੀਤ ਦਾ ਸਾਨੂੰ ਪਤਾ ਲੱਗਿਆ ਵੀ ਹਰਜੀਤ ਦਾ ਐਕਸੀਡੈਂਟ ਹੋ ਗਿਆ, ਅਤੇ ਜਿਵੇਂ ਜਿਵੇਂ ਪਤਾ ਲੱਗਿਆ ਜਿੱਥੇ ਜਿੱਥੇ ਦੁਨੀਆ ਸੀਗੀ ਉੱਥੇ ਧਾਹਾਂ ਮਾਰਨ ਲੱਗ ਗਈ। ਮੈਂ ਉਸ ਟਾਈਮ 'ਤੇ ਕੈਂਟਰ ਚਲਾਉਂਦਾ ਹੁੰਦਾ ਸੀ, ਮੈਂ ਜਦੋਂ ਕੈਂਟਰ ਲੈ ਕੇ ਭੱਜ ਕੇ ਆਇਆ ਤਾਂ ਮੈਨੂੰ ਬੇਹੋਸ਼ੀ ਦੇ ਵਿੱਚ ਮੇਰਾ ਕੈਂਟਰ ਕੰਧ ਦੇ ਵਿੱਚ ਵੱਜਿਆ ਜਾ ਕੇ। ਤਾਂ ਉਸ ਟਾਈਮ ਤੋਂ ਬਾਅਦ ਸਾਡੇ ਪਿੰਡ ਦੇ ਵਿੱਚ 7-8 ਦਿਨ ਕਿਸੇ ਨੇ ਵੀ ਚੁੱਲ੍ਹਾ ਨਹੀਂ ਤਪਾਇਆ। ਜੋ ਇਹ 3 ਭਾਈ ਸੀਗੇ, ਇਹਨਾਂ ਦਾ ਵੱਡਾ ਭਾਈ ਪੰਜਾਬ ਪੁਲਿਸ ਦੇ ਵਿੱਚ ਸੀਗਾ, ਜਿਹੜੀ ਕਿ ਉਹਨਾਂ ਦੀ ਵੀ ਉੱਥੇ ਹਰਿਮੰਦਰ ਸਾਹਿਬ ਦੇ ਵਿੱਚ ਅਟੈਕ ਹੋ ਗਿਆ ਸੀਗਾ ਅਤੇ ਉਹਦੀ ਮੌਤ ਹੋ ਗਈ ਸੀਗੀ। ਉਹਨਾਂ ਦੀ ਮਾਤਾ ਵੀ ਹਰਜੀਤ ਦੇ ਅਤੇ ਵੱਡੇ ਭਰਾ ਸਰਜੀਤ ਦੇ ਵਿਯੋਗ ਦੇ ਵਿੱਚ ਹੀ ਚਲੇ ਗਏ, ਨਾ ਕਿ ਉਹ ਹੁਣ ਅਜੇ ਜਾਣ ਵਾਲੇ ਵਾਲੇ ਨਹੀਂ ਸੀ। ਪਿੰਡ ਦੀ ਫਿਜ਼ਾ ਕੁਰਲਾ ਰਹੀ ਸੀ, ਰੁੱਖ ਵਿਰਲਾਪ ਕਰ ਰਹੇ ਸਨ, ਹਵਾਵਾਂ ਚੀਕ ਰਹੀਆਂ ਸਨ। ਟੁੱਟਿਆ ਭੱਜਿਆ ਹਰਜੀਤ ਦਾ ਸਰੀਰ ਸਥਿਰ ਸ਼ਾਂਤ ਅਤੇ ਅਹਿਲ ਪਿਆ ਸੀ। ਮਾਂ ਸੁਰਜੀਤ ਕੌਰ ਦੇ ਬੈਣ ਕਾਲਜੇ 'ਚੋਂ ਰੁੱਗ ਭਰ ਰਹੇ ਸਨ। ਭਾਬੀਆਂ, ਭਰਾ, ਦੋਸਤ, ਮਿੱਤਰ ਕੰਧਾਂ ਕੌਲਿਆਂ ਨਾਲ ਅਲੱਗ ਅਲੱਗ ਹੁਬਕੀ ਹੁਬਕੀ ਰੋ ਰਹੇ ਸਨ। ਬਾਹਰਲੇ ਦੇਸ਼ਾਂ ਵਿੱਚ ਬੈਠੇ ਪੰਜਾਬੀ ਉਸਦੇ ਪ੍ਰੇਮੀਆਂ ਦੀਆਂ ਆਹਾਂ ਬਾਜੇਖਾਨੇ ਤੱਕ ਸੁਣ ਰਹੀਆਂ ਸਨ। ਹਰਜੀਤ ਅਤੇ ਸਾਥੀਆਂ ਦੀ ਬੇਵਕਤ ਮੌਤ ਨੇ ਸਾਰੇ ਕਬੱਡੀ ਪ੍ਰੇਮੀਆਂ ਨੂੰ ਝੰਜੋੜ ਸੁੱਟਿਆ ਹੈ। ਜਵਾਨ ਪੁੱਤ ਦੇ ਤੁਰ ਜਾਣ ਤੋਂ ਬਾਅਦ ਅੱਜ ਬਾਪ ਕੁਝ ਵੀ ਬੋਲਣ ਲਈ ਤਿਆਰ ਨਹੀਂ। ਉਸ ਵਿਛੜੇ ਹੋਏ ਕਬੱਡੀ ਦੇ ਮਹਾਨ ਖਿਡਾਰੀ ਨੂੰ ਨਿਊਜ਼ ਨੰਬਰ .com ਵੀ ਸ਼ਰਧਾ ਦੇ ਫੁੱਲ ਭੇਂਟ ਕਰਦਾ ਹੈ।